प्राप्त और इस नगरी के इस धरती के किन्ने भाव उत्तम होंगे जिन्होंने सुभाग मिलया, क्योंकि इस तरह महापुरुष कहते को शोभा नहीं देखा ही प्रमाण कि जिन्होंने दर्शन करने लोच दिया तरस दिया और किन्नी उन्हें सकत कृपा होगी जे सतगुरां नाल सतगुरु देव महाराज जी के नाल किन्ना प्रेम होगा साढ़े तो दुखी जानते नहीं, क्योंकि महापुरुष जो उस अवस्था के मालक होंगे वो सारा कुछ अंतर जामी होंगे ने जाने जान होंगे साड़ी बुद्धि जो बहुत छोटी होंगी है तो असं तो कुछ भी करने जोगे ना पासे जोगे है पर दास ने बेनती की कि महाराज तुसी कृपा करो साडा नाता जिहड़ा बड़ा गरीब है तां और हुशियारपुर जिहड़ा ऋषि मुनि धरती है और गुरदेव जी का अवतार स्थान है कुटुंब जन धरती विच ते सारे लोग रहमत करते हो सारू भी कोई नाम की गड़ी जी बख्शिश करते हो, क्योंकि 1987 तो बाद गुरदेव जी का अपने जन्म भूमि से नहीं आए और सब दुनिया की सब संगत दिन जंगल से मिल के आ गई और गुरदेव पातशाह भी जो इस अपनी धरती के आने अंदर सोचते रहे कारण प्रत्यक्ष बहुत कोई गल नहीं पांच सात दस मिनट दर्शन करते हैं और महाराज जी ने आखिरी गल सन शाहबाद जिसे सारा नगर इकट्ठा हो गया कि महाराज अपने चरण पाओ 1999 जनवरी विसाखी माघी वाले दिन की गल है जो महाराज जी ने बेटी अखीला मनाया संगत ने कहा भाई नाम सिंह ने कहा महाराज कई बजुर्ग ढे दर्शन कर नहीं आ सकते परंतु चलो महाराज कहते महाराज किसी सवाल किया कि पातशाह विभिन्न शरीर होया पांच पुत्र तक मिल जा रहे हैं और अज सारे लोग देखते बड़ा महाराज जी जिस जिस तरह आए जो रंग बनता से बजता से अज उस रूप के रंग जो
ਸਾਨੂੰ ਫੇਰ ਪ੍ਰਾਪਤ ਹੋਇਆ। ਉਹ ਕਹਿੰਦੇ ਸੀ ਅਸੀਂ ਟੁੱਟਣ ਜਾ ਰਹੇ ਨੇ, ਮਹਾਂਪੁਰਸ਼ ਜਾਂਦੇ ਨਹੀਂ। ਔਰ ਅੱਗੇ ਤੇ ਕੁਝ ਸਾਨੂੰ ਵਿਆਪਕ ਹੁੰਦੇ ਨੇ, ਔਰ ਅੱਜ ਪ੍ਰਤੱਖ ਰੂਪ ਦੇ ਵਿੱਚ ਕਵੀ ਤੇ ਮੇਰੇ ਵਰਗੇ ਸਾਧੂ ਹੁੰਦੇ ਹਨ, ਇੱਕ ਸਾਧੂ ਹੁੰਦੇ ਆ, ਔਰ ਕਰਮੀ ਔਰ ਪਤਨੀ ਦੇ ਸੂਰਮੇ ਨੇ ਜੋ ਸਾਡੇ ਸਿੱਖ ਧਰਮ ਦੇ ਸਭ ਤੋਂ ਵੱਡੀ ਗ੍ਰਾਮਿਕਤਾ ਆਈ ਹੈ, ਜੋ ਸਾਡੇ ਵਿੱਚ ਸਾਡੇ ਧਰਮ ਦੀ ਉਹ ਨਹੀਂ ਅੱਗੇ ਵਧਿਆ, ਜੋ ਲੋਕ ਅਸੀਂ ਕਸਮ ਕਰਦੇ ਸਿੱਖ ਲੋਕ ਅਸੀਂ ਕੰਮ ਹੀ ਨਹੀਂ ਕਰਦੇ, ਕੰਮ ਹੀ ਨਹੀਂ ਕਰਦੇ। ਜੇ ਕੋਈ ਪੰਜ ਸੱਤ ਸੌ ਹਜ਼ਾਰ ਰੁਪਏ ਇਕੱਠਾ ਕਰ ਲੈਣਾ ਤਾਂ ਡਰਦਾ ਹੋ ਗਿਆ ਇੱਦਾਂ, ਜੇ ਸਾਡੀ ਕਸਮੀ ਕਰਕੇ ਭੁੱਲ ਜਾਏ ਅਸੀਂ ਪਦਾਰਥਵਾਦੀ ਛੱਡ ਕੇ, ਮਾਇਆਵਾਦੀ ਛੱਡ ਕੇ ਈਸ਼ਵਰਵਾਦੀ ਹੋ ਜਾਈਏ, ਗੱਲ ਹੀ ਕੋਈ ਨਹੀਂ। ਇਸ ਕਰਕੇ ਮੇਰੇ ਕੋਲ ਤਾਂ ਸ਼ਬਦ ਵੀ ਹੈਗੇ ਕਿ ਮੈਂ ਕਿਹਨਾਂ ਸ਼ਬਦਾਂ ਨਾਲ ਮਹਾਂਪੁਰਸ਼ਾਂ ਨੂੰ ਜੀ ਆਇਆ ਕਹਾਂ ਜਾਂ ਉਹਨਾਂ ਦੇ ਸਤਿਕਾਰ ਸੰਬੰਧੀ ਕੋਈ ਸ਼ਬਦ ਬੋਲ ਸਕਾਂ, ਪਰੰਤੂ ਮਹਾਂਪੁਰਸ਼ ਤਾਂ ਜਾਣੇ ਜਾਣ ਹੁੰਦੇ ਨੇ, ਉਹਨਾਂ ਨੂੰ ਪਤਾ ਹੁੰਦਾ, ਮਹਾਂਪੁਰਸ਼ ਜਿਹੜੇ ਅਗਲੇ ਦੇ ਹਿਰਦੇ ਹੁੰਦੇ ਹੁੰਦੇ ਆ, ਬਾਕੀ ਬਾਹਰ ਕੋਈ ਜਿਹੜੇ ਅਸੀਂ ਮਹਾਂਪੁਰਸ਼ ਹੋਰ ਕੁਛ ਵੀ ਤਾਂ ਕਦੇ ਮੇਰੇ ਨਾਮ ਸ਼੍ਰੀ ਗਰੀਬੀ ਨਾ ਕਦੇ ਜਿਹੜੀ ਟੌਰ ਵਗੈਰਾ ਅੱਜ ਕੱਲ੍ਹ ਜਾਂ ਕੁਛ ਕਿਸੇ ਵਸਤੂ ਨੂੰ ਜਾਣ ਤੇ ਜੇ ਇੱਦਾਂ ਕਰਦੇ ਬੇਟੇ ਗਰੀਬਾਂ ਦੀ ਵਾਰੀ ਦੀ ਸੀ ਉਹਦੇ ਉਦਾਸ ਹੋਣਾ ਕਿ ਮੈਂ ਧੰਨੇ ਹੋਣਾ ਸੀਗਾ ਸੱਜੇ ਹੋਣਾ ਸੀ, ਤਾਂ ਕਿ ਸਾਡੇ ਅਮੀਰਾਂ ਨੇ ਲੈ ਲੈਣਾ ਸੀ ਰੱਬ ਨੂੰ, ਰੱਬ ਦੇ ਕੱਪੜੇ ਪਾੜਾਂ ਦੇ ਲੋਕਾਂ ਦੇ ਵਿੱਚ ਸੀ ਉਹਦੇ ਮੈਂ ਬਾਅਦ ਪੈ ਜਾਣਾ ਮੇਰੇ ਕੋਲ ਆ ਜਾਣ। ਤਾਂ ਇਸ ਕਰਕੇ ਹੁਣ ਸਾਡੇ ਕਿੰਨੇ ਕਿੰਨੇ ਉੱਤਮ ਪ੍ਰਾਪਤ ਨੇ ਜਿਹਨਾਂ ਨੂੰ ਅੱਜ ਇਹ ਸਾਨੂੰ ਸੁਭਾਵ ਪ੍ਰਾਪਤ ਹੋਇਆ, ਪਰ ਮਿਲਦੇ ਆਪਣੇ ਆਪਣੇ ਅੰਦਰ ਦਾ ਭਾਵ ਆ, ਭਾਵਨਾ ਜਿਹੋ ਜੀ ਆ ਮੇਰੇ ਅੰਦਰ ਜਿਹੜਾ ਭਾਵਨਾ ਮੇਰੇ ਸਾਹਮਣੇ ਪ੍ਰਕਾਸ਼ ਮਹਾਰਾਜ ਦਾ ਸਰੂਪ ਦੇ ਰਹੇ ਔਰ ਸਾਕਸ਼ਾਤ ਤੁਹਾਨੂੰ ਦਰਸ਼ਨ ਦੇ ਰਹੇ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਬਾਕੀ ਆਪਣੇ ਆਪਣੇ ਹਰ ਆਪ ਇਨਸਾਨ ਦੀ ਆਪਣੀ ਸੋਚ ਆ, ਆਪਣੀ ਆਸਥਾ ਆ, ਆਪਣੀ ਭਾਵਨਾ ਆ, ਆਪਣਾ ਆਪਣਾ ਸਾਰਾ ਕੁਛ ਆ। ਤਾਂ ਹੁਣ ਮਹਾਂਪੁਰਸ਼ਾਂ ਦੀ ਮੌਜ ਆ, ਜਿੰਨਾ ਚਿਰ ਪੰਜ ਮਿੰਟ ਦਸ ਮਿੰਟ ਜਿੰਨੀ ਉਹਨਾਂ ਦੀ ਖੁਸ਼ੀ ਆ, ਤਾਂ ਮਿਲਦੇ ਤੱਕ ਕੀਤੀ ਸੀ ਪਰ ਕਹਿੰਦੇ ਕੋਈ ਜਿਹੜਾ ਸੰਗਤ ਦੇ ਦਰਸ਼ਨ ਕਰ ਦਿੰਦੇ ਆ ਤਾਂ ਉਹ ਆਪ ਸਭ ਸੰਗਤਾਂ ਦੇ ਮੁਖਾਤਬ ਹੋਣਗੇ। ਮਹਾਂਪੁਰਸ਼ ਜਿਸਲੇ ਕਿਤੇ ਨਿਸ਼ਾਨਾ ਟਿਕਾਣੇ ਦੇ ਲੱਗ ਜਾਂਦਾ ਤੇ ਅਗਲਾ ਜੀਵਨ ਬਣਾਉਂਦੇ, ਪਤਾ ਨਹੀਂ ਕਿੰਨੇ ਹਜ਼ਾਰਾਂ ਲੱਖਾਂ ਹੋਵੇ ਦੇਸ਼ਾਂ ਪ੍ਰਦੇਸ਼ਾਂ ਵਿੱਚ, ਇਸ ਤਰ੍ਹਾਂ ਮਾਂ ਹੈ ਸਾਰੇ ਦੇਸ਼ਾਂ ਪ੍ਰਦੇਸ਼ਾਂ ਜਾ ਕੇ ਦੁਨੀਆਂ ਨੂੰ ਉਤਾਰ ਰਿਹਾ, ਇਸ ਤਰ੍ਹਾਂ ਮਹਾਂਪੁਰਸ਼ ਜਿਹੜੇ ਆ ਸਾਰੀ ਸ੍ਰਿਸ਼ਟੀ ਦੇ ਉੱਤੇ ਜਾ ਕੇ ਸਾਰੇ ਦੁਨੀਆਂ ਵਿੱਚ ਪਤਾ ਨਹੀਂ ਕਿੰਨੇ ਮੁਲਕਾਂ ਦੇ ਵਿੱਚ ਸਾਰੇ ਦੁਨੀਆਂ ਨੂੰ ਜਾ ਕੇ ਸੱਚ ਦਾ ਉਪਦੇਸ਼ ਦਿੱਤਾ। ਹੁਣ ਤੁਸੀਂ ਦੇਖੋ ਗੁਰੂ ਨਾਨਕ ਦੇ ਮਹਾਰਾਜ ਸੀਗੇ, ਉਹਨਾਂ ਕੋਲ ਤਾਂ ਕੋਈ ਲੱਗ ਕੇ ਨਾ ਆਇਆ, ਮਹਾਂਪੁਰਸ਼ਾਂ ਦੀ ਜਿਹੜੀ ਸੋਚ ਬੁੱਧੀ ਬੇਟੀ ਉਹ ਬਹੁਤ ਵਿਸ਼ਾਲ ਹੁੰਦੀ, ਸਾਰਾ ਬ੍ਰਹਿਮੰਡ ਉਹਨਾਂ ਦੀ ਸੋਚ ਦੇ ਵਿੱਚ ਹੁੰਦਾ, ਉਹ ਸਾਰੇ ਬ੍ਰਹਿਮੰਡ ਖੰਡਾ ਬ੍ਰਹਿਮੰਡਾਂ ਦੇ ਮਾਲਕ ਹੁੰਦੇ ਆ ਔਰ ਉਹਨੂੰ ਪਤਾ ਹੁੰਦਾ ਕਿੱਥੇ ਜਾ ਕਿੱਥੇ ਕਿਹਦਾ ਕਿਸ ਤਰ੍ਹਾਂ ਪਤਾ ਕਰਨਾ, ਉਹ ਤਾਂ ਕਿਤੇ ਬੁੱਧੀ ਬਹੁਤ ਛੋਟੀ ਆ, ਹੁਣ ਅਸੀਂ ਛੋਟੀ ਬੁੱਧੀ ਵਾਲੇ ਵੱਡੀ ਬੁੱਧੀ ਵਾਲੇ ਕਿੱਦਾਂ ਫਰਕ ਕਰ ਸਕਦੇ ਹਾਂ, ਅਸੀਂ ਫਰਕ ਨਹੀਂ ਕਰ ਸਕਦੇ, ਸਾਡੇ ਕੋਲ ਇਹਦੀ ਬੁੱਧੀ ਨਹੀਂ ਹੈਗੀ, ਸੋਚ ਨਹੀਂ ਹੈਗੀ। ਗੁਰੂ ਕਿਰਪਾ ਕਰੇ ਤੇ ਜੋ ਮਰਜ਼ੀ ਕਰ ਸਕਦਾ ਪ੍ਰਾਸ ਹੈ। ਹੁਣ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਗੁਜ਼ਾਰਿਸ਼ ਗੁਜ਼ਾਰਿਸ਼ ਹੈ ਕਿ ਜਿਹੜਾ ਜਿਹੜਾ ਉਹਨਾਂ ਦੀ ਮੌਜ ਹੈ ਪਰਮ ਪੂਜਨੀ ਪਰਮ ਪੂਜ ਚਰਨ ਸ਼੍ਰੀ ਸ਼੍ਰੀ ਏਕਾ
कारक श्री महामंडलेश्वर योग परिषद स्वामी परमानंद जी महाराज हरिद्वार वाले तो आप सातन मुखातक होंगे। वाहेगुरु जी का खालसा, वाहेगुरु जी की फतेह।